ਪੀਐਸਟੈਟ ਵਿੱਚ 10 ਤੋਂ 20% ਐਮਸੀਕਿਊ ਅਜਿਹੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਔਖੇ ਕਹੇ ਜਾ ਸਕਦੇ ਨੇ। ਨੈਚੁਰਲੀ ਉੱਥੇ ਨੌਲੇਜ ਤੇ ਰੀਜ਼ਨਿੰਗ ਜਾਂ ਲੌਜੀਕਲ ਸਟ੍ਰੈਟਜੀਜ਼ ਵੀ ਕੰਮ ਨਹੀਂ ਕਰਦੀਆਂ। ਅਸੀਂ ਕਰਨਾ ਕੀ ਹੁੰਦਾ ਹੈ, 4 ਆਪਸ਼ਨ ਦੇ ਵਿੱਚੋਂ ਇੱਕ ਬੈਸਟ ਆਪਸ਼ਨ ਜਿਹੜਾ ਰਾਈਟ ਆਪਸ਼ਨ ਹੈ ਉਸ ਨੂੰ ਚੂਜ਼ ਕਰਨਾ ਹੁੰਦਾ ਹੈ, ਤੇ ਉਹਦੇ ਲਈ ਕਿਹੜੇ ਆਪਸ਼ਨ ਨੂੰ ਵਧੇਰੇ ਪ੍ਰੈਫਰ ਐਮਰਜੈਂਸੀ ਵਿੱਚ ਕੀਤਾ ਜਾ ਸਕਦਾ ਹੈ ਏ ਬੀ ਸੀ ਡੀ ਵਿੱਚੋਂ। ਇਹ ਵੀਡੀਓ ਉਸ ਲਈ ਤੁਹਾਨੂੰ ਗਾਈਡ ਕਰੇਗੀ। ਵਰਲਡ ਵਿੱਚ ਜਿਹੜੇ ਐਮਸੀਕਿਊ ਟੈਸਟ ਹੀ ਪ੍ਰੈਫਰ ਕੀਤੇ ਜਾ ਰਹੇ ਨੇ, ਬੇਸ਼ੱਕ ਉਹ ਡਰਾਈਵਿੰਗ ਦਾ ਟੈਸਟ ਲੈਣਾ ਹੋਵੇ ਜਾਂ ਹੋਰ ਕੋਈ ਟੈਸਟ ਲੈਣਾ ਹੋਵੇ। ਰੌਕ ਬ੍ਰੇਕ ਸੀਜ਼ਰ ਅਜਿਹੀ ਇੱਕ ਬੁੱਕ ਹੈ ਜਿਹੜੀ ਵਿਲੀਅਮ ਪਾਉਂਡਸਟੋਨ ਨੇ ਲਿਖੀ ਹੈ। ਉਹਨਾਂ ਨੇ 2400 ਐਮਸੀਕਿਊ ਕੁਐਸਚਨ ਦਾ ਅਨਾਲਿਸਿਸ ਕਰਕੇ ਇਹ ਦੱਸਿਆ ਕਿ ਏ ਬੀ ਸੀ ਡੀ ਕਿਸੇ ਵੀ ਪੇਪਰ ਵਿੱਚ ਪੇਪਰ ਸੈਟਰ ਕਿਸੇ ਇੱਕ ਆਪਸ਼ਨ ਲਈ ਜ਼ਿਆਦਾ ਬਾਇਸ ਜਾਂ ਜ਼ਿਆਦਾ ਚੁਣਦਾ ਹੈ ਔਰ ਕਿਸੇ ਆਪਸ਼ਨ ਨੂੰ ਘੱਟ ਚੁਣਦਾ ਹੈ। ਜਦੋਂ ਇਹ ਗਿਆਨ ਤੁਹਾਡੇ ਕੋਲ ਹੈ ਤਾਂ ਤੁਸੀਂ ਉਸ ਵਕਤ ਜਦੋਂ ਐਮਰਜੈਂਸੀ 'ਚ ਪੇਪਰ ਵਿੱਚ, ਐਮਰਜੈਂਸੀ ਦਾ ਮਤਲਬ ਹੈ ਦੋਵਾਂ 'ਚੋਂ ਇੱਕ, ਤਿੰਨਾਂ 'ਚੋਂ ਇੱਕ ਚੁਣਿਆ ਨਹੀਂ ਜਾ ਰਿਹਾ, ਠੀਕ, ਅਤੇ ਉਹਨਾਂ ਦੇ 'ਚੋਂ ਚੋਣ ਕਰਨ ਲਈ ਇਹ ਅਨਾਲਿਸਿਸ ਸਾਡੇ ਕੰਮ ਆ ਸਕਦਾ ਹੈ। ਉਹ ਅਨਾਲਿਸਿਸ ਅਸੀਂ ਕਰਨ ਜਾ ਰਹੇ ਹਾਂ। ਦੇਖੋ, ਰੌਕ ਬ੍ਰੇਕ ਸੀਜ਼ਰ ਇਹਨਾਂ ਨੇ, ਇਹ ਬੁੱਕ ਤਾਂ ਵਿਲੀਅਮ ਪਾਉਂਡਸਟੋਨ ਨੇ ਲਿਖੀ ਹੈ ਫੋਰਨ ਵਿੱਚ। ਉੱਥੇ ਦੇ ਟੈਸਟ, ਉੱਥੇ ਦੇ ਕੁਐਸਚਨ ਲਏ, ਉੱਥੇ ਦੇ ਪੇਪਰ ਸੈਟਰਸ ਦਾ ਮਾਈਂਡ ਦਾ ਅਨਾਲਿਸਿਸ ਕੀਤਾ ਔਰ ਉੱਥੇ ਦੇ ਵਿਸ਼ੇ ਜਿਹੜੇ ਕਿ ਸਾਡੇ ਟੀਚਰ ਨਾਲ ਮਿਲਦੇ ਨਹੀਂ ਹੈ, ਕਿ ਸਾਨੂੰ ਉਹ ਅਪਲਾਈ ਕਰਨੇ ਚਾਹੀਦੇ ਹਨ, ਆਂਸਰ ਹੈ ਨਹੀਂ। ਇਸ ਲਈ ਸਾਇੰਟੀਫਿਕ ਕੀ ਹੈ ਕਿ ਅਸੀਂ ਪੀਐਸਟੈਟ ਦਾ ਪੇਪਰ ਦੇਣਾ ਹੈ ਤਾਂ ਪਿਛਲੇ ਪੀਐਸਟੈਟ ਦੇ ਪੇਪਰਾਂ ਦੇ ਵਿੱਚ ਏ ਬੀ ਸੀ ਡੀ ਆਪਸ਼ਨ ਦਾ ਅਨਾਲਿਸਿਸ ਕਰੀਏ ਅਤੇ ਇਹ ਜਾਣ ਲਈਏ ਕਿ ਕਿਹੜੀ ਨੂੰ ਸਭ ਤੋਂ ਜ਼ਿਆਦਾ ਕਰੈਕਟ ਆਂਸਰ ਬਣਾਇਆ ਜਾਂਦਾ ਹੈ, ਕਿਹੜੀ ਨੂੰ ਸਭ ਤੋਂ ਘੱਟ। ਸੋ ਉਹ ਅਨਾਲਿਸਿਸ ਕਰਨ ਲਈ ਸਾਡੇ ਕੋਲ ਹੈ ਇਹ ਜੋ ਅਨਾਲਿਸਿਸ ਆਲਰੇਡੀ ਕੀਤਾ ਹੈ, 2018 ਦਾ ਪੇਪਰ ਹੈ, ਪੇਪਰ 1 ਹੈ, ਏ ਬੀ ਸੀ ਡੀ ਦਾ ਆਪਸ਼ਨ ਹੈ, ਏ ਬੀ ਸੀ ਡੀ ਆਪਸ਼ਨ ਹੈ। ਔਰ ਆਈਡਲੀ ਕੀ ਹੋਣਾ ਚਾਹੀਦਾ ਹੈ, ਇੱਧਰ ਆਈਡਲੀ ਹੈ, ਇਹਨੂੰ ਕ੍ਰਾਈਟੀਰੀਆ ਮੰਨ ਸਕਦੇ ਹੋ ਕਿ 25% ਕਰੈਕਟ ਆਪਸ਼ਨ ਏ ਚਾਹੀਦਾ ਹੈ, 25% ਬੀ, 25% ਸੀ, 25% ਡੀ, ਮਤਲਬ ਇਕੁਅਲ ਡਿਵੀਜ਼ਨ। ਜੇ 100 ਕੁਐਸਚਨ ਨੇ ਤਾਂ 25-25 ਇਹ ਠੀਕ ਹੋਣ, ਪਰ ਕੀ ਰਿਐਲਿਟੀ ਵਿੱਚ ਅਜਿਹਾ ਹੁੰਦਾ ਹੈ, ਆਂਸਰ ਤੁਹਾਡੇ ਸਾਹਮਣੇ ਹੈ। 2018 ਦੇ ਪੇਪਰ ਦੇ ਵਿੱਚ, ਪੇਪਰ ਦੇ ਸੈਕਸ਼ਨ ਵਾਈਜ਼ ਵੀ ਅਨਾਲਿਸਿਸ ਮੈਂ ਕੀਤਾ ਹੈ। ਇਸ ਸੈਕਸ਼ਨ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹ ਸੀ ਡੀ ਪੀ ਦਾ ਪਹਿਲੇ ਪੇਪਰ ਸੀ ਡੀ ਪੀ ਦੇ ਨੇ, ਓਕੇ। ਇਹ ਲੈਂਗੁਏਜ 1 ਪੰਜਾਬੀ ਹੈ, ਲੈਂਗੁਏਜ 2 ਇੰਗਲਿਸ਼ ਹੈ, ਔਰ ਇਹ ਮੈਥਸ ਹੈ, ਔਰ ਇਹ ਇਨਵਾਇਰਮੈਂਟ। ਤੁਸੀਂ ਹਰ ਜਦੋਂ ਇਵੈਲੂਏਸ਼ਨ ਕਰਨਾ ਹੈ, ਥੋੜ੍ਹਾ ਜਿਹਾ ਸਮਝ ਲਓ, ਮੈਂ ਤੁਹਾਨੂੰ ਕੰਕਲੂਜ਼ਨ ਜੋ ਅਸੀਂ ਕਰ ਸਕਦੇ ਹਾਂ ਉਹ ਦੱਸ ਦਿਆਂਗਾ। ਇਹ 25 ਕ੍ਰਾਈਟੀਰੀਆ ਹੈ, ਕਿਉਂਕਿ ਇਹ ਕਿੰਨੇ ਨੰਬਰ ਸਾਡੇ ਪੀ ਐੱਸ ਟੈਟ 'ਚ ਪਹਿਲੇ ਸੈਕਸ਼ਨ ਦੇ ਪਾਸ ਹੈ, ਇਸ ਲਈ ਪਰਸੈਂਟੇਜ ਕੰਪੇਅਰ ਨਹੀਂ ਕਰ ਸਕਦੇ। ਕੰਪੈਰੀਜ਼ਨ ਕਰਨ ਲਈ ਇਹਨਾਂ ਨੂੰ ਆਪਾਂ ਪਰਸੈਂਟੇਜ 'ਚ ਬਦਲ ਲੈਂਦੇ ਹਾਂ। ਇਹ ਟੇਬਲ ਆ ਗਿਆ ਸਾਡੇ ਕੋਲ ਜਿਹੜਾ ਪਰਸੈਂਟੇਜ ਵਿੱਚ ਹੈ। ਹੁਣ ਕੀ ਹੈ ਕਿ ਸੀ ਡੀ ਪੀ, ਸੀ ਡੀ ਪੀ ਦੇ ਇਹ ਮੰਨ ਲਓ ਇਸ ਨੂੰ ਕੰਪੇਅਰ ਕਰਨਾ ਹੈ, ਇਹ ਆਪਸ਼ਨ 25% ਰਾਈਟ ਚਾਹੀਦੇ ਸੀ, ਲੇਕਿਨ ਇਹ 16% ਰਾਈਟ ਆਏ ਨੇ। ਇਟ ਮੀਨਸ ਇਹ ਇਹ ਆਪਸ਼ਨ ਨੂੰ ਘੱਟ ਕੁਰੈਕਟ ਰੱਖਿਆ ਗਿਆ ਪੇਪਰ ਸੈਟਰ ਦੁਆਰਾ। ਅੱਗੇ ਜੇ ਦੇਖ ਲਈਏ ਜਿਹੜਾ ਹੈ ਲੈਂਗੁਏਜ 1 ਪੰਜਾਬੀ, 16% ਇਹ ਆਪਸ਼ਨ ਪ੍ਰੈਫਰ ਕੀਤੀ ਗਈ 2018 ਵਿੱਚ, ਇੱਥੇ ਵੀ 16%, 23%, 33%। ਸਿਰਫ ਇਨਵਾਇਰਮੈਂਟ ਵਿੱਚ ਜ਼ਿਆਦਾ ਪ੍ਰੈਫਰ ਕੀਤੀ ਗਈ। ਜੇ ਟੋਟਲ ਦੇਖ ਲਈਏ, ਇਹ ਤੁਸੀਂ ਨਹੀਂ ਦੇਖਣਾ, ਮੰਨ ਲਓ ਇਹ ਨਹੀਂ ਦੇਖਣਾ ਕਨਫਿਊਜ਼, ਜਾਂ ਇਸ ਵੇਲੇ ਟਾਈਮ ਨਹੀਂ ਹੈ, ਤੁਸੀਂ ਇਹ ਆਪਸ਼ਨ ਦਾ 150 ਕੁਐਸਚਨਾਂ ਦੇ ਵਿੱਚੋਂ ਦੇਖੀਏ ਕਿ ਕਿੰਨੇ ਪਰਸੈਂਟ, 21% ਬਣ ਰਿਹਾ ਹੈ, ਔਰ 25% ਤੋਂ ਇਹ ਘੱਟ ਹੈ। ਕੰਕਲੂਜ਼ਨ ਕੱਢਿਆ ਜਾ ਸਕਦਾ ਹੈ ਕਿ ਇਹ ਆਪਸ਼ਨ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ ਪੇਪਰ ਸੈਟਰ ਦੁਆਰਾ। ਦੂਸਰੀ ਸਾਡੇ ਕੋਲ ਆਪਸ਼ਨ ਹੈ ਬੀ, ਬੀ ਦਾ 25% ਕ੍ਰਾਈਟੀਰੀਆ ਨਾਲ ਜਦੋਂ ਅਨਾਲਿਸਿਸ ਕੀਤਾ ਸੀ, ਦੇਖਿਆ 43 ਸੀ ਡੀ ਪੀ ਦੇ ਵਿੱਚ ਬੀ ਆਪਸ਼ਨ ਨੂੰ ਸਭ ਤੋਂ ਜ਼ਿਆਦਾ ਪ੍ਰੈਫਰ ਕੀਤਾ ਗਿਆ, ਔਰ ਲੈਂਗੁਏਜ ਵਿੱਚ ਸਭ ਤੋਂ ਜ਼ਿਆਦਾ। ਜੇ ਅਨਾਲਿਸਿਸ ਤੁਸੀਂ ਸੈਕਸ਼ਨ ਵਾਈਜ਼ ਵੀ ਕਰਨਾ ਹੈ ਤਾਂ ਮੈਂ ਇਹ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਜੇ ਲੈਂਗੁਏਜ ਦੇ ਪੇਪਰ ਸੈਟਰ ਨੇ ਉਹ ਰਿਲੇਟਿਵਲੀ ਜ਼ਿਆਦਾ ਬਾਇਸ ਨੇ ਕਿਸੇ ਨਾ ਕਿਸੇ ਆਪਸ਼ਨ ਏ ਬੀ ਸੀ ਡੀ 'ਚੋਂ ਕਿਸੇ ਨਾ ਕਿਸੇ ਆਪਸ਼ਨ ਲਈ। ਅੱਛਾ, ਹੁਣ ਦੇਖੋ ਇਹ ਵੀ ਉੱਪਰ ਜਾ ਰਿਹਾ ਹੈ ਅਪਵਰਡ, ਇਹ ਵੀ ਉੱਪਰ ਜਾ ਰਿਹਾ ਹੈ ਅਪਵਰਡ, 26 ਬੇਸ਼ੱਕ ਘੱਟ ਹੈ ਲੈਂਗੁਏਜ 2 ਇੰਗਲਿਸ਼ ਦਾ, ਲੇਕਿਨ 25 ਤੋਂ ਉੱਤੇ ਜਾ ਰਿਹਾ ਹੈ। ਅੱਛਾ, ਜਿਹੜਾ ਹੈ ਮੈਥਸ, ਮੈਥਸ 30% ਰਿਸਪੋਂਸ ਰਾਈਟ ਆਏ ਆ ਬੀ 'ਚੋਂ, ਔਰ ਇਨਵਾਇਰਮੈਂਟ ਦੇ ਵੀ ਆਏ ਆ।
ਕਿਸੇ ਵੀ ਏ ਸੈਕਸ਼ਨ ਵਿੱਚ ਬੀ 25% ਤੋਂ ਥੱਲੇ ਨਹੀਂ ਆਇਆ। ਇਟ ਮੀਨਸ ਬੀ ਆਪਸ਼ਨ ਸਰਟਨਲੀ ਹਾਇਰ ਜਾ ਰਿਹਾ ਹੈ। ਜੇ ਟੋਟਲ ਵੀ ਇਸਦਾ ਦੇਖਣਾ ਹੋਵੇ 36% ਹੈ, ਹੋਰ ਨਹੀਂ ਤਾਂ ਕੁਛ 25 ਅਤੇ 36 ਦਾ ਡਿਫਰੈਂਸ ਵੀ ਬਹੁਤ ਜ਼ਿਆਦਾ ਹੈ। ਇਟ ਮੀਨਸ ਕਿ ਬੀ ਆਪਸ਼ਨ 2018 ਵਿੱਚ ਬਹੁਤ ਰਾਈਟ ਰਿਸਪੋਂਸ ਰਹੀ ਹੈ। ਇਸ ਤੋਂ ਹਜੇ ਕੰਕਲੂਜਨ ਨਹੀਂ ਕੱਢਣੇ, ਕੰਕਲੂਜਨ ਅੱਗੇ ਜਾ ਕੇ ਕੱਢਦੇ ਹਾਂ। ਇਸੇ ਤਰ੍ਹਾਂ ਸੀ ਦਾ ਕੰਪੈਰੀਜ਼ਨ ਕਰ ਸਕਦੇ ਹੋ, ਦੇ ਸਕਦੇ ਹੋ 25% ਅੱਗੇ ਹੈ, ਡਾਊਨ ਹੈ, ਅੱਗੇ ਹੈ, ਅੱਗੇ ਹੈ, ਡਾਊਨ ਹੈ। ਸੋ ਜੇ ਟੋਟਲ ਦੇਖਣਾ ਹੋਵੇ 25 ਤੋਂ ਥੋੜ੍ਹਾ ਜਿਹਾ ਉੱਤੇ ਨੇ, ਇਟ ਮੀਨਸ ਪਹਿਲੇ ਨੰਬਰ 'ਤੇ, ਦੂਸਰੇ 'ਤੇ ਇਹ ਆ ਰਿਹਾ ਹੈ। ਡੀ ਦਾ ਇਸੇ ਤਰ੍ਹਾਂ ਕੰਪੈਰੀਜ਼ਨ ਦੇਖਣਾ ਹੋਵੇ 25 ਤੋਂ, ਇਹ 16%, ਇਟ ਮੀਨਸ ਲੋਐਸਟ ਪ੍ਰੈਫਰਡ ਆਪਸ਼ਨ ਬਾਏ ਪੇਪਰ ਸੈਟਰ ਹਿਜ਼ ਡੀ। ਇਸੇ ਨੂੰ ਅਸੀਂ ਇੱਕ ਗ੍ਰਾਫ ਨਾਲ ਸਮਝ ਸਕਦੇ ਹਾਂ। ਜੇ ਉਸ ਤਰ੍ਹਾਂ ਨਹੀਂ ਸਮਝ ਆਉਂਦਾ ਸਾਨੂੰ, ਜਿਹੜਾ ਹੈ ਨਾ ਲਰਨਿੰਗ ਸਟਾਈਲ ਵਿਜ਼ੂਅਲ, ਹੁਣ ਵਿਜ਼ੂਅਲ ਵਧਿਆ ਜਾ ਰਿਹਾ ਹੈ। ਅੱਛਾ, ਇਹਦੇ ਵਿੱਚ ਅਸੀਂ ਦੇਖੀਏ ਕਿ ਇਹ ਸਭ ਤੋਂ ਉੱਚਾ ਡੰਡਾ ਕਿਹੜਾ ਜਾ ਰਿਹਾ ਹੈ, ਏ ਬੀ ਆਪਸ਼ਨ, ਬੀ ਆਪਸ਼ਨ, ਇੱਥੇ ਬੀ ਨਹੀਂ ਹੈ, ਇੱਥੇ ਸੀ ਹੈ, ਇੱਥੇ ਬੀ ਆਪਸ਼ਨ, ਇੱਥੇ ਬੀ ਆਪਸ਼ਨ, ਸੋਰੀ ਏ, ਓਕੇ। ਜੇ ਓਵਰਆਲ ਇਹ ਅਸੀਂ ਸਾਨੂੰ ਕਨਫਿਊਜ਼ ਜੇ ਕਰ ਰਿਹਾ ਹੈ, ਡੀ ਵੀ ਦੇਖ ਸਕਦੇ ਹਾਂ, ਸਭ ਤੋਂ ਘੱਟ ਵਾਲਾ ਡੀ ਜਾ ਰਿਹਾ ਹੈ, ਡੀ ਡੀ ਏ ਡੀ 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 ਲੋਐਸਟ ਜਾ ਰਿਹਾ ਹੈ, ਕਿਸੇ ਇੱਕ ਦੇ ਵਿੱਚ ਦੂਜਾ ਨੰਬਰ ਹੈ। ਜੇ ਕਨਫਿਊਜ਼ਨ ਹੋ ਰਹੀ ਹੈ ਤਾਂ ਅਸੀਂ ਇਸ ਨੂੰ ਸਾਰੇ ਨੂੰ ਦੇਖ ਸਕਦੇ ਹਾਂ। ਇਸ ਦਾ ਸਾਰਾ ਗ੍ਰਾਫ ਟੋਟਲ ਬਣਾਇਆ ਹੋਇਆ ਹੈ, ਜੇ ਕੁਛ ਵੀ ਸਮਝ ਨਹੀਂ ਆਉਂਦਾ ਤੁਸੀਂ ਇਸ ਨੂੰ ਦੇਖ ਲਓ। ਇਹ ਹੈ 2018 ਦਾ ਟੋਟਲ ਏ ਬੀ ਸੀ ਡੀ ਵਿੱਚੋਂ ਆਪਸ਼ਨ ਕਿਹੜੀਆਂ ਸਭ ਤੋਂ ਜ਼ਿਆਦਾ ਕੁਰੈਕਟ ਸੀ, ਕਿਹੜੀਆਂ ਕੁਰੈਕਟ ਸੀ। ਨੰਬਰ 1 ਬੀ ਆਪਸ਼ਨ ਸਭ ਤੋਂ ਜ਼ਿਆਦਾ ਰੈਂਕ 1 'ਤੇ ਆ ਰਹੀ ਹੈ, ਰੈਂਕ 1 'ਤੇ ਆ ਰਹੀ ਹੈ ਬੀ ਆਪਸ਼ਨ, 36% ਠੀਕ ਸੀ। ਔਰ ਸਭ ਤੋਂ ਘੱਟ ਕਿਹੜੀ ਸੀ, ਡੀ 16%। ਜੇ ਰੈਂਕ 2 'ਤੇ ਕੱਢਣੀ ਹੋਵੇ ਸੀ, ਇਟ ਮੀਨਸ ਸਭ ਤੋਂ ਵੱਧ ਕੁਰੈਕਟ ਚੂਜ਼ ਜਦੋਂ ਕਰਨਾ ਹੈ, ਸਭ ਤੋਂ ਵੱਧ ਕੁਰੈਕਟ ਜਿਹੜੇ ਹੈ ਉਹ ਬੀ ਅਤੇ ਸੀ ਆ ਰਹੇ ਆ, 2018 ਦਾ ਆ। ਆਪਾਂ ਅਗਲਾ ਵੀ ਦੇਖਦੇ ਹਾਂ, ਔਰ ਸਭ ਤੋਂ ਘੱਟ ਡੀ ਸਭ ਤੋਂ ਲਾਸਟ 'ਤੇ, ਔਰ ਏ, ਇਹ ਸਭ ਤੋਂ ਘੱਟ ਕੁਰੈਕਟ ਆਂਸਰ ਹੋ ਰਹੇ ਹਨ। ਅਤੇ 2020 ਦਾ ਐਨਾਲਿਸਿਸ ਬਰੀਫ ਵਿੱਚ ਦੇਖ ਲੈਂਦੇ ਹਾਂ, ਇਹ ਉਹਦਾ ਜਿਹੜੇ ਰਿਸਪੋਂਸ ਆਏ ਨੇ। ਰਿਸਪੋਂਸ ਤੋਂ ਬਾਅਦ ਇਸ ਨੂੰ ਕਨਵਰਟ ਕੀਤਾ ਗਿਆ ਪਰਸੈਂਟੇਜ ਵਿੱਚ। ਪਰਸੈਂਟੇਜ ਵਿੱਚ ਪਹਿਲਾਂ ਅਸੀਂ ਦੇਖਿਆ ਹੈ ਕਿ 25% ਕ੍ਰਾਈਟੀਰੀਆ ਹੋ ਗਿਆ, ਏ ਆਪਸ਼ਨ ਉੱਤੇ ਜਾ ਰਹੀ ਹੈ, ਡੀ ਨੀਚੇ ਹੈ, ਬਹੁਤ ਨੀਚੇ ਹੈ, ਨੀਚੇ ਹੈ, ਨੀਚੇ ਹੈ, ਉੱਪਰ ਹੈ। ਟੋਟਲ ਨਾਲ ਕੰਪੇਅਰ ਕਰਦੇ ਹਾਂ, ਹੁਣ ਇਸ ਸਾਰਾ ਕੰਪੇਅਰ ਨਹੀਂ ਕਰਾਂਗੇ। ਏ ਆਪਸ਼ਨ 25% ਤੋਂ, ਐਵਰੇਜ ਤੋਂ ਘੱਟ ਪ੍ਰੈਫਰ ਕੀਤੀ ਜਾ ਰਹੀ ਹੈ। ਬੀ ਆਪਸ਼ਨ ਕੀ ਹੈ, 28% ਜ਼ਿਆਦਾ ਪ੍ਰੈਫਰ ਕੀਤੀ ਜਾ ਰਹੀ ਹੈ, ਪਿੱਛੇ ਵੀ ਜ਼ਿਆਦਾ ਸੀ। ਸੀ ਆਪਸ਼ਨ 27%, ਇਹ ਵੀ ਜ਼ਿਆਦਾ ਪ੍ਰੈਫਰ ਕੀਤੀ ਜਾ ਰਹੀ ਹੈ। ਡੀ ਆਪਸ਼ਨ ਇਹ ਪਹਿਲਾਂ ਵੀ ਘੱਟ ਸੀ, ਔਰ 23%, ਇੱਥੇ ਵੀ ਘੱਟ ਪ੍ਰੈਫਰ ਕੀਤੀ ਜਾ ਰਹੀ ਹੈ। ਸੋ ਇੱਕ ਟ੍ਰੈਂਡ ਸਾਫ਼ ਦਿਖਾਈ ਦੇ ਰਿਹਾ ਹੈ। ਮੈਂ ਪਿਛਲੇ ਪੇਪਰ ਕਿਉਂ ਨਹੀਂ ਤੁਹਾਡੇ ਸਾਹਮਣੇ ਰੱਖ ਰਿਹਾ, ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਡਿਊਟੀ ਲਗਭਗ 2018 'ਚ ਮਿਲੀ ਹੈ, ਉਹਨਾਂ ਨੇ ਪੇਪਰ ਸੈੱਟ ਕੀਤੀ ਹੈ, ਅਤੇ ਲਗਭਗ ਉਸੇ ਤਰ੍ਹਾਂ ਦੇ ਮਾਈਂਡ ਫਿਰ ਸਿਲੈਕਟ ਕੀਤੇ ਜਾਂਦੇ ਨੇ, ਪਰਸਨ ਸਿਲੈਕਟ ਕੀਤੇ ਜਾਂਦੇ ਨੇ, ਤਾਂ ਇਹ ਦੋ ਪੇਪਰ ਅਨਾਲਿਸਿਸ ਤੁਹਾਨੂੰ ਜ਼ਿਆਦਾ ਫਾਇਦਾ ਕਰ ਸਕਦੇ ਨੇ। ਹੁਣ ਦੇਖ ਲਈਏ ਕਿ ਇਹਦਾ ਟ੍ਰੈਂਡ ਜਿਹੜਾ ਟੋਟਲ ਕੀ ਰਿਹਾ, ਜੇ ਕੁਛ ਨਹੀਂ ਦੇਖਣਾ ਤਾਂ ਅੱਛਾ, ਇਹਦਾ ਤੁਸੀਂ ਖੁਦ ਅਨਾਲਿਸਿਸ ਕਰ ਸਕਦੇ ਹੋ। ਇਹ ਸਾਡੇ ਕੋਲ ਬੀ ਜਿਹੜੀ ਹੈ ਟੌਪ 'ਤੇ ਆ ਰਹੀ ਹੈ, ਸੀ ਸੈਕਿੰਡ 'ਤੇ ਹੈ, ਔਰ ਏ ਅਤੇ ਡੀ ਬਰਾਬਰ ਆ ਰਹੇ, ਇਟ ਮੀਨ ਬੀ ਅਤੇ ਸੀ ਫਿਰ ਅੱਗੇ ਜਾ ਰਹੇ ਨੇ। ਆਪਾਂ ਹੁਣ ਇੱਕ ਟੋਟਲ ਇਹਦਾ ਦੇਖ ਲਈਏ ਕਿ 2020 ਦੇ ਪੇਪਰ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਆਪਸ਼ਨ ਪ੍ਰੈਫਰ ਕੀਤੀ ਗਈ ਸੀ, ਬੀ। 2018 ਵਿੱਚ ਵੀ ਇਹੀ ਸੀ, ਓਕੇ, ਔਰ ਸੀ ਸੀ। ਇਟ ਮੀਨਸ ਜਦੋਂ ਪ੍ਰੈਫਰ ਕਰਨੀ ਹੈ ਸਾਨੂੰ ਇਹ ਸਭ ਡਾਇਰੈਕਸ਼ਨ ਦਿਖਾਈ ਦਿੰਦੀ ਹੈ ਕਿ ਜੋ 2 ਜਾਂ 3 ਚੋਂ ਕੋਈ ਆਪਸ਼ਨ ਪ੍ਰੈਫਰ ਕਰਨੀ ਹੈ, ਸਾਡੇ ਕੋਲ ਲੌਜਿਕ ਕੰਮ ਨਹੀਂ ਕੀਤਾ, ਅਸੀਂ ਬੀ ਨੂੰ ਸਭ ਤੋਂ ਜ਼ਿਆਦਾ ਪ੍ਰੈਫਰ ਕਰੀਏ ਔਰ ਸੀ ਨੂੰ ਉਸ ਤੋਂ ਬਾਅਦ ਕਰੀਏ। ਜੇ ਕੋਈ ਡਿਲੀਟ ਕਰਨੀ ਹੈ ਜਾਂ ਪ੍ਰੈਫਰ ਨਹੀਂ ਕਰਨੀ ਤਾਂ ਉਹ ਡੀ ਨੂੰ ਅਵੋਇਡ ਕਰਨਾ ਹੈ, ਔਰ ਇੱਧਰ ਏ ਨੂੰ ਅਵੋਇਡ ਕੀਤਾ ਜਾ ਸਕਦਾ ਹੈ। ਪਰ ਇਹਦੇ ਨਾਲ ਫੁੱਟਪ੍ਰਿੰਟ ਵਾਲੀ ਇੱਕ ਵੀਡੀਓ ਆਏਗੀ, ਜੇਕਰ ਤੁਹਾਡੇ ਉੱਪਰਲੇ ਅਤੇ ਥੱਲੜਲੇ ਜਿਹੜੇ ਰਾਈਟ ਰਿਸਪੋਂਸ ਤੁਹਾਨੂੰ ਸ਼ੋਰ ਹੈ ਉਹ ਬੀ ਬੀ ਚੱਲੇ ਆ ਰਹੇ ਆ, ਤਾਂ ਫਿਰ ਏ ਵਾਲੇ ਬੀ ਨੂੰ ਪ੍ਰੈਫਰੈਂਸ ਨੂੰ ਚੇਂਜ ਕੀਤਾ ਜਾ ਸਕਦਾ ਹੈ। ਅੱਗੇ ਦੇਖ ਲਈਏ ਕਿ 2 ਸਾਲ ਦਾ 2018 ਅਤੇ 20 ਦਾ ਕੰਪੈਰੀਜ਼ਨ ਜੇ ਤੁਸੀਂ ਦੇਖਣਾ ਹੋਵੇ, ਉਹ ਸਪਸ਼ਟ ਹੈ
के साढ़े कोल बी टॉप ते जा रही है ये 36% ओके इत्थे 28% 25% तो दोनों ही उपर है। इट मीनस पेपर सैटर की यह टेंडेंसी है कि बी नू प्रैफर किया जा रहा है। जिहड़ी रॉक ब्रेक सीजर की बुक सी उस दे विच भी ये 28% बायसनैस फॉर बी ऑप्शन रही है और दूसरे नंबर पर साढ़े को 26% इधर 27%। सो साड़ियाँ बी ते सी राइट आंसर एवरेज नालों वध हुंदे है और डी सब तो घट हुंदा है और ए भी घट विच तीजे रैंक ते आंदा है। जे इन्हां नूं कंबाइन भी तुसी कर देना है तां भी एक कंकलूजन कढ़िया जा सकदा है कि ये डाटा एनालिसिस है। कंकलूजन वर्तना किदा है ये तुसी देखना है। हुण इहनूं वर्तना किदा है जो तुहानूं दो विकल्पां विचों कुछ चुनना होवे नैचुरली तुहाडे कोल हुण जे दो विकल्प ये आए है कि ए ते मान लो तुहाडे को तुसी किसे तरह नाल ए नूं डिलीट कर दिता सी ठीक। हुण तुहाडे को तीन है मान लो सी भी डिलीट हो गया सी तुहाडे को बी ते सी डी ऑप्शन है नैचुरली तुसी प्रैफर दी टेंडेंसी जिहड़ी किधर रहेगी अवॉयड करन दी डी दी रहेगी इस इहदे एनालिसिस दे मुताबक और प्रैफर करन दी बी दी रहेगी इहदा उत्तर है। मतलब कि बाकी ये याद रखनी है गल नॉलेज लॉजिक जदों सब कुछ फेल हो गया है तुहानूं नॉलेज नहीं है उदों ये नुकता अप्लाई करना है जदों तुहानूं सब तो औखा क्वेश्चन सामने आता है। अच्छा मैनू ए बी सी डी विचों केड़ा विकल्प पसंद करना चाहिए है आंसर साढ़े कोल है कि सब तो ज़्यादा क्योंकि बी आ रहा है मैं जो बाकी चीज़ें न्यूट्रल या बराबर हैं तो बी नू प्रैफर करांगा। मैनू ए बी सी डी चो केड़ा विकल्प तो बचना चाहिए है मैक्सिमम बचना चाहिए है वह डी तो बचना चाहिए है ठीक। मेरे ख्याल च तुहानूं इह गल समझ आ गई हो गएगी कि इस एनालिसिस विच की क्या गया है ओके। पिछले मैं कोई गरंटी नहीं लेना कि इस वार जिहड़ा है बी ही सब तो ज़्यादा ठीक होएगा। मैं तुहाडे सामने डाटा एनालिसिस किया है सिर्फ तुहाडी इनफॉर्मेशन तुहानूं प्रोवाइड की है उस सिचुएशन विच तुसी की करना है तुहाडा ही डिसीजन होएगा। ये पिछले पेपर का एनालिसिस है ए बी ए सी डी विचों किहड़ा विकल्प नूं तरजीह दित्ती जानी चाहीदी है ये तुसी खुद सोचना है डाटा तुहाडे सामने है। पेपर सैटर दे सिस्टम ते उहदी कमजोरी है एक कमजोरी है जो वर्ल्ड वाइड देखी जाती है वह कमजोरी मैं थोड़े अगे रखी है और प्रोबेबिलिटी जड़ी है इस तो मतलब तुसी दो चार क्वेश्चन दा जां जदों फसे हुए हो उदों ये स्ट्रैटेजी अप्लाई करके लाह लै सकते हो किहड़ा विकल्प ज़्यादातर सही तो किहड़ा विकल्प एमसीक्यू पीरियड घट सही हुंदा है वह एनालिसिस हो गया है। यह आंकड़िया का विश्लेषण है सिट्टा नहीं यह मैं एनालिसिस किया है कि यह इदां दा फैक्टर है ए बी सी डी वाला ना तो इसनों पूरी तरह तुसी अवॉयड कर सकते हो। मीन 150 विचों तुसी ये नहीं कह सकते कितने तुहानूं ये बायसनैस बारे बायसनैस ए वाली तुहाडे डिसीजन लैण च हैल्प नहीं करेगी करेगी पर ये भी नहीं है कि इसनों एबसोल्यूटली अप्लाई कर दिता जाए ठीक। रिसर्च दूजिया कंट्री च हुई है इत्थे नहीं हुई इत्थे वाली रिसर्च मैं करके तुहाडे सामने रखी है इसनों होर अगे इलैबोरेट किया जा सकता है करांगा। तुसी ए बी सी चो किहड़ा चुनना है इहदा डिसीजन तुसी अपनी सिचुएशन मुताबक लैना है बाकी जिन्हां स्ट्रैटेजी तुहानूं पहलां दस चुका हाँ वो जदों अप्लाई नहीं हुंदियां तां एक फैक्टर इसनों लै के चल सकते हो। हाँ तुसीं इह गल ध्यान नाल परख सकते हो कि जदों ए बी सी डी चो चुनना है उस तो अगली जां पिछली जो राइट रिस्पोंस है वह किहड़ा आया है कि लगातार बी 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 इस तरह तो नहीं आ रहा इनू फुटप्रिंट कहिंदे ने फुटप्रिंट है जे लगातार बी 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 ऑलरेडी आ रहा है तो उत्थे तुसी बी नू अवॉयड भी कर सकते हैं पर जे तुहानू लग रहा है कि पिछला मेरा डी ठीक सी और नीचे वाला जिहड़ा है ए ठीक है तां तो बी इधरों प्रैफर हो रहा है उधर उधर बायनस तुहाडे कोल बी ते सी ही बच रही है नैचुरली तो तुसी राइट आंसर दे करीब हो सकते हो। अच्छा यूज़ कदों करना है जदों लॉजिक ते रीजनिंग तुहाडे नॉलेज जिहड़ी है वह नहीं वरती जा रही। जिहड़े विद्यार्थियों की प्रैपरेशन बहुत घट है जां उन्हां क्वेश्चन बहुत औखे लगते हैं जां एवरेज भी प्रैपरेशन है उन्होंने लिए स्ट्रैटेजीज लाहेवंद होणगियां। हाँ सैक्शन वाइज एनालिसिस भी तुहाडा ये पे कर सकता है जिवें कि पंजाबी विच ये बायसनैस सब तो ज़्यादा पाई जा रही ही है
और जिहड़ा एनवायरमेंट विच जां साइंस वाले सब्जेक्ट विच इह सब तों घट पाई जा रही है। इलावा कुछ वीडियो जिहड़ियां लॉजिकल स्ट्रैटेजीज, साइकोलॉजिकल स्ट्रैटेजीज, प्रोबेबिलिटी बेस्ड स्ट्रैटेजीज, जिन्हां तों बिना तुसीं 20-30% नंबर नहीं वधा सकदे। मैं इह अतकथनी नहीं है क्योंकि टॉपर्स दियां इंटरव्यू भी सुनियां है और इह जिहड़े रिसर्च वर्ल्ड वाइड बुक छपियां हन उन्हां दे एनालिसिस दे बेस कह रहा हाँ, इस स्ट्रैटेजीज तुहानू अप्लाई करनिया ही पैणगियां। सो जिहड़े विद्यार्थी तैयारी नहीं कर सके जां टाइम उन्हां को घट है, वह लर्न टू एक्चुअलाइज दे प्ले लिस्ट विच जाके टेट बेसिक कोर्स है उहदे विच इह वीडियो पईयां होईयां हन। इहनां दे नाल नाल वह जिहड़े शब्द जिहड़े ऑलमोस्ट ठीक हुंदे हन न्यू एजुकेशन पॉलिसी करिकुलम फ्रेमवर्क और पोजिशन पेपर फंडामेंटल थ्योरी के मुताबिक कुछ शब्द होंगे ने जिन्हों तो राइट आंसर पता लग जाता है, हमेशा जो रोंग आंसर वर्ड तो पता लग जाता है, वह वीडियो भी नाल पईयां हन, तुसीं उन्हां दा लाभ लै सकते हो। लर्न टू एक्चुअलाइज, डॉक्टर तीरथ सिंह, थैंक यू।